ਵੀਡੀਓ ਦੇਖਣ ਤੋਂ ਪਹਿਲਾਂ ਸਾਡਾ YouTube ਚੈਨਲ ਸੱਚ ਦਾ ਸੁਨੇਹਾ ਜ਼ਰੂਰ ਸਬਸਕ੍ਰਾਈਬ ਕਰੋ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਸੱਚ ਦਾ ਸੁਨੇਹਾ ਚੈਨਲ ਅਤੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਸਿੱਧੂ ਮੂਸੇਵਾਲੇ ਦੇ ਨਾਂ ਦਾ ਰਾਜ ਕਿ ਉਸ ਦਾ ਨਾਂ ਸਿੱਧੂ ਮੂਸੇਵਾਲਾ ਕਿਵੇਂ ਪਿਆ। ਸਿੱਧੂ ਮੂਸੇਵਾਲਾ ਜ਼ਿਲ੍ਹਾ ਮਾਨਸਾ ਦੇ ਮੂਸਾ ਪਿੰਡ ਦਾ ਰਹਿਣ ਵਾਲਾ ਹੈ। ਇਸ ਦਾ ਅਸਲੀ ਨਾਂ ਸ਼ੁਭਦੀਪ ਸਿੰਘ ਸਿੱਧੂ ਹੈ। ਸਿੱਧੂ ਮੂਸੇਵਾਲੇ ਦਾ ਇਹ ਕਹਿਣਾ ਹੈ ਕਿ ਮੈਂ ਜਿਹੜੇ ਪਿੰਡ ਨੂੰ ਬਿਲੋਂਗ ਕਰਦਾ ਉਹ ਪਿੰਡ ਬਹੁਤ ਹੀ ਪਿਛੜਿਆ ਹੋਇਆ ਸੀ ਅਤੇ ਹੁਣ ਤਾਂ ਸਾਡੇ ਪਿੰਡ ਨੇ ਤਰੱਕੀ ਕਰ ਲਈ ਹੈ। ਅਤੇ ਮੂਸੇਵਾਲੇ ਨੇ ਆਪਣੇ ਕਈ ਇੰਟਰਵਿਊਸ ਵਿੱਚ ਇਹ ਵੀ ਕਿਹਾ ਹੈ ਕਿ ਮੈਂ ਜਦੋਂ BTECH ਕਰਦਾ ਹੁੰਦਾ ਸੀ ਉਸ ਸਮੇਂ ਮੈਨੂੰ ਜੇਕਰ ਕੋਈ ਪੁੱਛਦਾ ਸੀ ਬਾਈ ਤੂੰ ਕਿਹੜੇ ਪਿੰਡ ਦਾ ਹੈ, ਤਾਂ ਜਦੋਂ ਮੈਂ ਦੱਸਦਾ ਸੀ ਕਿ ਮੇਰਾ ਪਿੰਡ ਮੂਸਾ ਹੈ ਤੇ ਜ਼ਿਲ੍ਹਾ ਮਾਨਸਾ, ਤਾਂ ਕਿਸੇ ਨੂੰ ਮੇਰੇ ਪਿੰਡ ਬਾਰੇ ਨਹੀਂ ਪਤਾ ਹੁੰਦਾ ਸੀ ਬਾਈ ਇਹ ਪਿੰਡ ਜਾਂ ਜ਼ਿਲ੍ਹਾ ਕਿੱਥੇ ਆ। ਕਦੇ ਕਦਾਈ ਮੈਨੂੰ ਵੀ ਲੱਗਦਾ ਸੀ ਕਿ ਮੈਂ ਬੈਕਵਰਡ ਏਰੀਏ ਨੂੰ ਬਿਲੋਂਗ ਕਰਦਾ ਹਾਂ, ਕਿਉਂਕਿ ਪਹਿਲਾਂ ਬਠਿੰਡੇ ਨੂੰ ਬੈਕਵਰਡ ਕਿਹਾ ਜਾਂਦਾ ਸੀ ਪਰ ਬਾਅਦ ਵਿੱਚ ਮਾਨਸਾ ਨੂੰ ਬੈਕਵਰਡ ਏਰੀਆ ਮੰਨਿਆ ਜਾਣ ਲੱਗ ਪਿਆ। ਮੂਸੇਵਾਲੇ ਦਾ ਹਮੇਸ਼ਾ ਕਹਿਣਾ ਹੈ ਕਿ ਮੇਰਾ ਪਿੰਡ ਤਾਂ ਮੈਨੂੰ ਸਵਰਗ ਵਰਗਾ ਲੱਗਦਾ ਹੈ ਪਰ ਕਈ ਸਹੂਲਤਾਂ ਕਰਕੇ ਸਾਨੂੰ ਬੈਕਵਰਡ ਕੋਟਾ ਲੱਗਦਾ ਸੀ। ਤੇ ਕਦੇ ਕਦਾਈ ਤਾਂ ਕੋਈ ਇਹ ਵੀ ਕਹਿ ਦਿੰਦਾ ਸੀ ਕਿ ਤੁਹਾਡੇ ਪਿੰਡ ਤਾਂ ਧੂੜ ਵਾਲੇ ਟਿੱਬੇ ਆ, ਓਠਾ ਤੇ ਹੋਰ ਕਈ ਕੁਝ ਕਹਿ ਦਿੰਦੇ ਸਨ, ਪਰ ਮੈਂ ਕਿਸੇ ਦਾ ਗੁੱਸਾ ਨਹੀਂ ਕਰਦਾ ਸੀ। ਸਿੱਧੂ ਮੂਸੇਵਾਲੇ ਨੇ ਕਿਹਾ ਕਿ ਸਾਡੇ ਪਿੰਡ ਵਿੱਚ ਤਾਂ ਕਈ ਆਰਮੀ ਵਾਲੇ ਵੀ ਹੋਏ ਹਨ ਜਿਨ੍ਹਾਂ ਨੇ ਚੰਗਾ ਨਾਂ ਖੱਟਿਆ ਹੈ ਪਰ ਫਿਰ ਵੀ ਕੋਈ ਨਹੀਂ ਜਾਣਦਾ ਸਾਡੇ ਪਿੰਡ ਬਾਰੇ। ਲੋਕ ਕਹਿੰਦੇ ਸੀ ਕਿ ਟਿੱਬਿਆਂ ਵਿੱਚ ਪਿੰਡ ਆ ਏਦਾਂ ਉਦਾਂ, ਪਰ ਮੈਂ ਕਿਸੇ ਦੀ ਕੋਈ ਪਰਵਾਹ ਨਹੀਂ ਕੀਤੀ। ਕਿਸੇ ਨਾ ਕਿਸੇ ਕਾਰਨ ਕਰਕੇ ਪਿੱਛੇ ਸੀ ਪਿੰਡ, ਜਿਵੇਂ ਸਹੂਲਤਾਂ ਦੀ ਕਮੀ ਲਾ ਲਓ, ਯੂਨੀਵਰਸਿਟੀ ਦੀ ਕਮੀ ਲਾ ਲਓ, ਇਸ ਕਰਕੇ ਮੈਨੂੰ ਬਾਹਰ ਪੜ੍ਹਨਾ ਪਿਆ। ਮੈਨੂੰ ਇਸ ਤਰ੍ਹਾਂ ਸੀ ਕਿ ਜਿੱਥੇ ਮੈਂ ਜਾਵਾਂ ਉੱਥੇ ਮੇਰੇ ਪਿੰਡ ਦਾ ਨਾਮ ਮੇਰੇ ਨਾਲ ਜਾਵੇ। ਪਹਿਲਾਂ ਮੈਂ ਲਾਇਸੈਂਸ ਗਾਣਾ ਲਿਖਿਆ ਸੀ, ਉਸ ਗਾਣੇ ਦੇ ਲਾਇਰਿਕਸ ਵਿੱਚ ਮੇਰਾ ਨਾਂ ਸ਼ੁਭਦੀਪ ਸਿੱਧੂ ਸੀ। ਉਸ ਤੋਂ ਬਾਅਦ ਮੈਂ ਉਸ ਤੇ ਕਾਂਟਾ ਹੀ ਮਾਰ ਦਿੱਤਾ ਤੇ ਫਿਰ ਮੈਂ ਸੋਚਿਆ ਕਿ ਜਿੱਥੇ ਅੱਜ ਤੋਂ ਬਾਅਦ ਮੈਂ ਜਾਵਾਂ ਉੱਥੇ ਮੇਰਾ ਪਿੰਡ ਵੀ ਮੇਰੇ ਨਾਲ ਜਾਵੇ, ਤੇ ਉੱਤੋਂ ਸਾਡਾ ਪਿੰਡ ਵੀ ਸਿੱਧੂਆਂ ਦਾ ਸੀ ਤੇ ਇਸ ਲਈ ਮੈਂ ਨਾਂ ਰੱਖਿਆ ਸਿੱਧੂ ਮੂਸੇਵਾਲਾ। ਹੁਣ ਜਦੋਂ ਗਾਣਾ ਚੱਲਦਾ ਤਾਂ ਸਾਰਿਆਂ ਨੂੰ ਪ੍ਰਾਊਡ ਫੀਲ ਹੁੰਦਾ ਕਿ ਸਿੱਧੂ ਵੀ ਆ ਤੇ ਮੂਸੇਵਾਲੇ ਵੀ, ਇਸ ਨਾਲ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ। ਸੱਚ ਦਾ ਸੁਨੇਹਾ ਨਿਊਜ਼, ਧੰਨਵਾਦ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਜੀ, ਅਤੇ ਸਾਡੇ ਚੈਨਲ ਸੱਚ ਦਾ ਸੁਨੇਹਾ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ।